ਸਾਰੋਸ਼ਾਸਤਰੀ ਕਾਲ ਜੀ ਮੈਂ ਤੁਹਾਡੀ ਰਪਿੰਦਰ ਰਿੰਪੀ ਕੈਨੇਡਾ ਬ੍ਰੈਮਟਨ ਟ੍ਰਾਂਟੋ ਤੋਂ ਜੀ ਸੋ ਮੈਂ ਦੱਸਣਾ ਚਾਹਉਣੀ ਹੈ ਮੇਰੇ ਬਹੁਤ ਸਾਰੇ ਸੌਂਗ ਚੱਲ ਰਹੇ ਆ ਜੋ ਕਿ ਬਹੁਤ ਹੀ ਵਿਊ ਆ ਬਹੁਤ ਹੀ ਲਾਈਕ ਕਮੈਂਟ ਲੋਕਾਂ ਨੇ ਕੀਤੇ ਆ ਪਰ ਚੈਨੜਾ ਵਾਲਿਆਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ ਮੇਰਾ ਕਿਸੇ ਵੀ ਵੀਡੀਓ 'ਚ ਨਾ ਨਹੀਂ ਹੈਗਾ ਮੈਂ ਤੁਹਾਨੂੰ ਗੀਤ गा ਕੇ ਸੁਣਾਉਣੀ ਹੈ ਨਿਆਈ ਵਾਲੇ ਖੇਤ ਵਾਂਗੂ ਹੋਵੇ ਜੇ ਕੈਨੇਡਾ ਤੈਨੂੰ ਕੋਠੇ ਤੇ ਖਲੋ ਕੇ ਪੁੱਤ ਬਾਜ ਮਾਰ ਲਾਂ ਨਿਆਈ ਵਾਲੇ ਖੇਤ ਬੰਗੂ ਹੋਵੇ ਜੇ ਕੈਨੇਡਾ ਤੈਨੂੰ ਕੋਠੇ ਤੇ ਖਲੋਕੇ ਪੁੱਤ ਬਾਜ ਮਾਰ ਲਾ ਇੱਕ ਤੇ ਅਜੀ ਇੱਕ ਸਰਕਾਰ ਦਾ ਸੀਗਾ ਕਿਸਾਨੀ ਗੀਤ ਸੀਗਾ ਤੇ ਇੱਕ ਗੀਤ ਸੀਗਾ ਆਪਣਾ ਜੀ ਇਹ ਦੂਜਾ ਹੁਣ ਸਿੱਧੂ ਮੂਸੇ ਵਾਲ ਨੂੰ ਸੰਧਾ ਜਲੀ ਮੈਂ ਕੈਨੇਡਾ ਤੋਂ ਬ੍ਰੈਮਟਨ ਤੋਂ ਸੀ ਪੀਟੀਸੀ ਚੈਨਲ ਨੇ ਪੀਟੀਸੀ ਚੈਨਲ ਨੇ ਵੀ ਮੇਰਾ ਨਾਂ ਨਹੀਂ ਪਾਇਆ ਸੋ ਮੈਂ ਦੱਸਣਾ ਚਾਹੁੰਦੀ ਆ ਉਹ ਸੀਗਾ ਆਪਣੇ ਜੋ ਦੁਨੀਆ ਤੇ ਨਹੀਂ ਰਹੇ ਜਿਨ੍ਹਾਂ ਦਾ ਸ਼ਰੇਆਮ ਦੇ ਦਿਹਾੜੇ ਕਤਲ ਕੀਤਾ ਗਿਆ ਮੇਰੇ ਵੀਰ ਸਿੱਧੂ ਮੂਸੇ ਵਾਲਾ ਜੀ ਤੇ ਉਹ ਮੈਂ ਤੁਹਾਨੂੰ ਦੋ ਲੈਣ ਤੁਹਾਡੇ ਨਾਲ ਦੁਬਾਰਾ ਵੀ ਸਾਂਝੀਆਂ ਕਰਦੀ ਐਗੀ ਛੋਟੀ ਉਮਰ 에 ਪਲਾਂਗਾ ਪੱਟ ਵੱਡੀਆਂ ਤੋਂ ਸਿੰਗਰਾਂ ਚ ਹੋਇਆ ਭਰਤੀ ਛੋਟੀ ਉਮਰ 에 ਪਲਾਂਗਾ ਪੱਟ ਵੱਡੀਆਂ ਤੋਂ ਗਾਇਕਾਂ ਵਿੱਚ ਹੋਇਆ ਭਰਤੀ ਸਾਰੀ ਦੁਨੀਆ ਦੇ ਉੱਤੇ ਜਮਾ ਸ਼ਾ ਗਿਆ ਵੇ ਬੀਰਿਆ ਕਮਾਲ ਕਰਤੀ ਆਲ ਵੱਡ ਦੇ ਉੱਤੇ ਜਮਾ ਸ਼ਾ ਗਿਆ ਵੇ ਸਿੱਧੂਆ ਕਮਾਲ ਕਰਤੀ ਕਰੋ ਹੋ ਕੇ ਸੀ ਤਿਆਰ ਜਦੋਂ ਤੁਰ ਆਵੇਂ ਮਨ ਵਿੱਚ ਕੀ ਪਾਇਆ ਸੀ ਜਦੋਂ ਧੜ ਧੜ ਚੱਲੀਆਂ ਸੀ ਗੋਲੀਆਂ ਉਹ ਚੇਤੇ ਦੱਸ ਕੌਣ ਆਇਆ ਸੀ ਜਦੋਂ ਧੜ ਧੜ ਵੱਜੀਆਂ ਸੀ ਗੋਲੀਆਂ ਉਹ ਚੇਤੇ ਦੱਸ ਕੌਣ ਆਇਆ ਸੀ ਸੋ ਮੇਰੇ ਸਾਰੇ ਚੈਨਲਰਾਂ ਨੂੰ ਬੇਨਤੀ ਹੈ ਜੀ ਮੇਰੀ ਇਜਾਜ਼ਤ ਬਿਨਾ ਕੋਈ ਵੀ ਮੇਰੀ ਵੀਡੀਓ ਫੇਸਬੁੱਕ YouTube ਤੇ ਕਿਸੇ ਵੀ ਚੈਨਲ ਤੇ ਨਹੀਂ ਪਾ ਸਕਦਾ ਤੇ ਜਿਨ੍ਹਾਂ ਨੇ ਪਾਈ ਹੈ ਪਲੀਜ਼ ਮੇਰਾ ਨਾਮ ਅਰਪਿੰਦਰ 림ਪੀ ਕਰਕੇ ਮੇਰਾ ਨਾਮ ਜਰੂਰ ਪਾ ਮੈਂ ਨੰਬਰ ਸ਼ੇਅਰ ਕਰ ਲੱਗਿਆ ਤੁਹਾਡੇ ਨਾਲ ਕਨੇਡਾ ਦਾ ਨੰਬਰ ਹੈ ਜੀ ਪਲੱਸ 1 ਲਾ ਕੇ 437 990 8827 437 990 8827 ਇਹਦੇ WhatsApp ਵੀ ਚੱਲਦਾ ਤੁਸੀਂ ਕਾਲ ਵੀ ਕਰ ਸਕਦੇ ਹੋ ਪਲੀਜ਼ ਸਾਰੇ ਚੈਨਲ ਵਾਲਿਆਂ ਨੂੰ ਮੇਰੀ ਬੇਨਤੀ ਹੈ ਮੇਰੀ ਇਜਾਜ਼ਤ ਤੇ ਮੇਰਾ ਕੋਈ ਵੀ ਮੇਰੀ ਕਲਿੱਪ ਨਹੀਂ ਪਾ ਸਕਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ